ਜਦੋਂ ਦਿਮਾਗ 'ਚ ਗੱਲ ਆਉਂਦੀ ਹੈ ਨਾ ਉੱਥੇ ਬਹਿ ਜਾਈਦਾ ਸੀ, ਇੱਥੇ ਆਏ ਸੀ ਡੀ ਜੋਨ ਦੇ ਵਿੱਚ, ਸੋਚਿਆ ਚਲੋ ਦੋ ਗੱਲਾਂ ਕਰ ਲਈਏ ਤੁਹਾਡੇ ਨਾਲ, ਪਰ ਗੱਲਾਂ ਨਾ ਸਕਿੱਪ ਕਰ ਜਾਂਦੀਆਂ ਮਾਇੰਡ ਦੇ ਵਿੱਚੋਂ, ਜਦ ਅਸੀਂ ਅੱਗੇ ਵੱਧਦੇ ਜਿੱਦਾਂ ਫਿਰ ਨਵੀਆਂ ਗੱਲਾਂ ਆ ਜਾਂਦੀਆਂ ਨੇ, ਪੁਰਾਣੀਆਂ ਗੱਲਾਂ ਭੁੱਲ ਜਾਂਦੀਆਂ ਨੇ ਗੱਲਾਂ। ਇੱਕ ਮੈਂ ਫੋਟੋ ਦੇ ਕੇ ਕੇਜਰੀਵਾਲ ਦੀ ਲੱਗੀ ਹੋਈ, ਮੈਂ ਕਿਹਾ ਵੀ ਕੇਜਰੀਵਾਲ ਦਾ ਵੀ ਦਿਮਾਗ, ਮੈਂ ਕਿਹਾ ਵੀ ਫੈਂਟੈਸਟਿਕ, ਵਾਹ ਵੀ ਵਾਹ, ਮੈਂ ਕਿਹਾ ਇਤਨਾ ਦਿਮਾਗ ਬੜੀਆ ਹੈ ਉਸ ਸ਼ਖਸ ਕਾ, ਕੇਜਰੀਵਾਲ ਕਾ, ਕਿ ਉਸਨੇ ਦੁਨੀਆ ਕੋ ਦਿਖਾ ਦਿਆ ਕਿ ਅਕਲ ਕਿਆ ਹੋਤੀ ਹੈ। ਵੋ ਆਜ ਸਾਰੀ ਦੁਨੀਆ ਮੇਂ ਛਾ ਚੁਕਾ ਹੈ ਆਪਣੀ ਅਕਲ ਕੀ ਬਦੌਲਤ, ਔਰ ਵੋ ਰਾਜ ਕਿਨ ਪਰ ਕਰ ਰਹਾ ਹੈ, ਬੇਅਕਲੋਂ ਕੇ ਉੱਪਰ। ਬੇਅਕਲ ਕੌਣ ਹੈ ਭਈਆ, ਹਮ ਲੋਗ ਹੈ ਬੇਅਕਲ, ਜੋ ਪੂੰਛ ਲਾਤੇ ਘੁੰਮਤੇ ਹੈ। ਚੈਨਲ ਸਬਸਕ੍ਰਾਈਬ ਕਰ ਦੋ ਦੋਸਤੋ, ਬਾਰ ਬਾਰ ਕਹਿਤਾ ਹੂੰ ਆਪਸੇ, ਆਪਸੇ ਬਾਰ ਬਾਰ ਕਹਿਤਾ ਹੂੰ, ਆਪ ਲੋਗੋਂ ਕੇ ਬੱਚੋਂ ਕੇ ਭਲੇ ਕੇ ਲੀਏ ਹੈ ਜੇ, ਆਪਕੇ ਛੋਟੇ ਛੋਟੇ ਬੱਚੇ ਹੈ ਉਨਕੀ ਤਰਫ ਦੇਖ ਲੀਜੀਏ, ਫਿਰ ਹਮਾਰੇ ਚੈਨਲ ਕੀ ਤਰਫ ਦੇਖ ਲੀਜੀਏ, ਫਿਰ ਇਸੇ ਸਬਸਕ੍ਰਾਈਬ ਕਰ ਦੀਜੀਏ। ਕੇਜਰੀਵਾਲ ਨੇ ਸ਼ੁਰੂ ਕੀ ਤੀ ਮੂਵਮੈਂਟ ਇੰਡੀਆ ਅੰਗੇਜ਼ਡ ਕਰਪਸ਼ਨ, ਭ੍ਰਿਸ਼ਟਾਚਾਰ ਖਤਮ ਕਰਨਾ ਹੈ, ਬੇਈਮਾਨੋ ਕੋ ਖਤਮ ਕਰਨਾ ਹੈ, ਦੇਸ਼ ਕੋ ਸੁਧਾਰਨਾ ਹੈ, ਵੋ ਕਰਨਾ ਹੈ, ਜੇ ਕਰਨਾ ਹੈ, ਵੋ ਮੂਵਮੈਂਟ ਲੈ ਕੇ ਚਲਾ ਥਾ ਵੋ ਸ਼ਖਸ। ਮੇਰੇ ਕੋ ਵੀ ਹਮ ਵੀ ਆਰਟੀਆਈ ਐਕਟੀਵਿਸਟ ਹੈ, 2007-08 ਮੇਂ, 2006-07-08 ਉਸ ਸਮੇਂ ਹਮ ਪਰ ਵੀ ਸਵਾਰ ਥਾ ਭੂਤ ਕਿ ਹਮ ਵੀ ਦੇਸ਼ ਕੋ ਸੁਧਾਰੇਂਗੇ, ਲੇਕਿਨ ਹਮਨੇ ਸੋਚਾ ਜੇ ਹਮਾਰੇ ਜੋ ਲੋਕ ਹੈ ਉਨਸੇ ਚੀਟਿੰਗ ਹੈ ਤੋ ਹਮ ਉਸਸੇ ਪੀਛੇ ਹਟ ਗਏ, ਲੇਕਿਨ ਵੋ ਲੋਕ ਜੋ ਚੀਟਰ ਹੈ ਵੋ ਪੀਛੇ ਨਹੀਂ ਹਟਤੇ, ਵੋ ਚੀਟਿੰਗ ਕਰਦੇ ਕਰਦੇ ਹੈ। ਭਈਆ ਹਮ ਲੋਕ ਸਿਰਫ ਆਪ ਲੋਕੋਂ ਕੇ ਲੀਏ ਕਿ ਹਮਾਰੇ ਸਮਾਜ ਕੇ ਲੀਏ, ਹਮਾਰੇ ਦੇਸ਼ ਕੇ ਲੀਏ, ਉਨਕੇ ਲੀਏ ਕਾਮ ਕਰ ਰਹੇ ਹੈ, ਲੇਕਿਨ ਜੋ ਚੀਟਰ ਹੋਤੇ ਹੈ ਵੋ ਨਹੀਂ ਸੋਚਤੇ ਹੈ। ਤੋ ਐਸੇ ਹਮਾਰੇ ਸਾਥ ਹਮਾਰੇ ਜੈਸੇ ਲੋਕ ਉਸਨੇ ਸਾਰੇ ਇੰਡੀਆ ਸੇ ਇਕੱਠੇ ਕੀਆ, ਬੜਾ ਪ੍ਰਚਾਰ ਕੀਆ, ਹਮ ਲੋਕ ਵੀ ਸਾਥ ਜੁੜ ਗਏ ਵੀ ਇਤਨਾ ਬੜੀਆ ਨੇਤਾ ਆ ਗਿਆ, ਇਤਨਾ ਬੜੀਆ ਨੇਤਾ ਆ ਗਿਆ। ਪਹਿਲੀ ਵਾਰ ਇਲੈਕਸ਼ਨ ਹੋਏ ਤੋ ਉਸਨੇ ਦੇਖਾ ਜਿਤਨੇ ਯਾਰ ਹਮਾਰੇ ਜੈਸੇ ਲੋਕ ਹੈ ਜੇ ਤਾਂ ਸੱਡੀ ਹੈ, ਜੇ ਤਾਂ ਕੁਛ ਕਰ ਨਹੀਂ ਸਕਤੇ, ਕਿਉਂਕਿ ਲੋਕੋਂ ਮੇਂ ਜੋ ਜੜੇ ਹੈ ਜੋ ਨੇਤਾ ਲੋਕ ਹੈ ਉਨਕੀ ਹੈ। ਹਮਾਰੇ ਜੈਸੇ ਜੋ ਚੰਦ ਲੋਕ ਹੈ, ਸੋਸ਼ਲ ਵਰਕਰ ਹੈ, ਆਰਟੀਆਈ ਐਕਟੀਵਿਸਟ ਹੈ, ਉਨਕਾ ਇਤਨਾ ਜਮਾਵੜਾ ਨਹੀਂ ਹੈ, ਉਤਨਾ ਉਨਕਾ ਪ੍ਰੈਸ਼ਰ ਨਹੀਂ ਹੈ ਸਮਾਜ ਮੇਂ, ਲੋਕ ਉਨਕੋ ਇਤਨਾ ਅੱਛਾ ਨਹੀਂ ਸਮਝਤੇ। ਲੇਕਿਨ ਜੋ ਲੋਲੀਪੋਪ ਦੇਤੇ ਹੈ, ਜੋ ਝੂਠ ਬੋਲਤੇ ਹੈ, ਕਿਉਂਕਿ ਜਿਤਨੇ ਵੀ ਆਰਟੀਆਈ ਐਕਟੀਵਿਸਟ ਹੈ ਜਾਂ ਦੇਸ਼ ਭਗਤ ਲੋਕ ਹੈ, ਵੋ ਝੂਠ ਨਹੀਂ ਬੋਲੇਂਗੇ, ਲੇਕਿਨ ਜਿਤਨੇ ਨੇਤਾ ਲੋਕ ਹੋਤੇ ਹੈ ਵੋ ਝੂਠ ਬੋਲਤੇ ਹੈ, ਏਜੈਂਟ ਲੋਕ ਜੋ ਹੋਤੇ ਹੈ, ਜੋ ਮਿਡਲ ਮੈਨ ਹੋਤੇ ਹੈ, ਝੂਠ ਬੋਲ ਕੇ ਪੈਸੇ ਕਮਾਤੇ ਹੈ। ਲੰਬਾ ਨਾ ਹੋ ਜਾਏ, ਥੋੜ੍ਹਾ ਮੈਂ ਜਲਦਬਾਜ਼ੀ ਮੈਂ ਕਰੂੰਗਾ। ਤਾਂ ਫਿਰ ਉਹ ਉਸ ਸਮੇਂ ਕੋਈ ਇਤਨਾ ਅੱਛਾ ਰਿਸਪੋਂਸ ਨਹੀਂ ਮਿਲਿਆ ਪੰਜਾਬ ਮੇਂ ਹਮਾਰੇ ਜੋ ਕੇਜਰੀਵਾਲ ਹੈ। ਫਿਰ ਉਸਨੇ ਸੋਚਿਆ ਯਾਰ ਕਿਆ ਕਰੇ, ਦਿਮਾਗ ਬਹੁਤ ਹੈ ਭਈਆ ਉਸਕਾ। ਤਾਂ ਉਸਨੇ ਕਿਹਾ ਵੀ ਜੋ ਵੀ ਹੈ ਵਹੀ ਸਭ ਆ ਜਾਏ ਮੇਰੀ ਪਾਰਟੀ ਮੇਂ। ਤਾਂ ਅਭੀ 150-2 ਸਾਲ ਪਹਿਲੇ ਉਸਨੇ ਸਭੀ ਜੋ ਲੋਕ ਥੇ ਆਪਣੀ ਪਾਰਟੀ ਮੇਂ ਸ਼ਾਮਿਲ ਕੀਏ, ਜੋ ਕੌਂਸਲਰ ਹੋਤੇ ਹੈ ਦੂਸਰੀ ਪਾਰਟੀਓ ਕੇ ਜੀਤੇ ਹੋਏ ਥੇ, ਉਨਕੋ MLA ਬਣਨੇ ਕਾ ਚਾਂਸ ਨਹੀਂ ਕਹੀਂ ਸੇ ਮਿਲਨਾ ਥਾ, ਵੋ ਵੀ ਸਾਰੇ ਚਲੇ ਗਏ ਆਮ ਆਦਮੀ ਪਾਰਟੀ ਮੇਂ। ਜੋ ਦੁਕੜੀ ਤਿਕੜੀ ਜਿਤਨੇ ਥੇ ਸਭ ਉਸਨੇ ਜਿਤਨੇ ਵੀ ਥੇ ਇਧਰ ਉਧਰ ਕਾ ਘਟੀਆ ਮਾਲ ਥਾ, ਵੋ ਸਾਰੇ ਆਪਣੀ ਪਾਰਟੀ ਮੇਂ ਸ਼ਾਮਿਲ ਕਰ ਲਿਆ। ਕਿਉਂ, ਲੋਕੋਂ ਮੇਂ ਇੱਕ ਲਹਿਰ ਚੱਲ ਰਹੀ ਥੀ ਕਿ ਹਮਨੇ ਆਮ ਆਦਮੀ, ਕਾਂਗਰਸ ਵੀ ਦੇਖ ਲਈ ਹੈ, ਅਕਾਲੀ ਵੀ ਦੇਖ ਲਈ ਹੈ, BJP ਦੇਖ ਲਿਆ, ਅਬ ਹਮਨੇ ਮੌਕਾ ਦੇਣਾ ਹੈ ਕੇਜਰੀਵਾਲ ਕੋ। ਉਸ ਦੇਖ ਦਿਖਾਵਟ ਮੇਂ, ਉਸ ਰਵਾਇਤੀ ਪਾਰਟੀਓਂ ਕੋ ਖਤਮ ਕਰਨੇ ਕੇ ਚੱਕਰ ਮੇਂ ਲੋਕੋਂ ਕੇ ਜੋ ਮੂਵਮੈਂਟ ਥੀ, ਤੋ ਉਸਮੇਂ ਫਾਇਦਾ ਹੁਆ ਹਮਾਰੇ ਕੇਜਰੀਵਾਲ ਸਾਹਿਬ ਕੋ। ਤੋ ਜੋ ਆਜ MLA ਬਣੇ ਹੋਏ ਹੈ, ਵੋ ਕੋਈ ਕੌਂਸਲਰ, ਉਨਕੋ ਸਾਰਾ ਤਜਰਬਾ, ਪੈਸੇ ਕਹਾਂ ਕਹਾਂ ਸਿਖਾਏ ਜਾਤੇ ਹੈ, ਇਹ ਲੋਕੋਂ ਨੇ ਕਭੀ ਸਪਨੇ ਵੀ ਨਹੀਂ ਸੋਚਾ ਥਾ ਕਿ ਹਮ MLA ਬਣ ਜਾਏਂਗੇ, ਵੋ ਵੀ ਅੱਜ ਵਹਾਂ ਪਰ ਚੇਅਰਮੈਨ ਬਣਕਰ, ਔਰ ਉਸਕੇ ਬਾਅਦ MLA ਬਣਕਰ ਸਿਕਿਉਰਿਟੀ ਵਾਲੇ ਸਾਥ ਹੈ, ਪੁਲਿਸ ਉਨਕੇ ਸਾਥ ਹੈ, ਵੈਸੇ ਚਲਤੇ ਹੈਂ ਜੈਸੇ ਵੋ ਬਾਦਸ਼ਾਹ ਹੋਤੇ ਹੈਂ। ਹਮਾਰੇ ਦੇਸ਼ ਕਾ ਬੇੜਾ ਗਰਕ ਹੋ ਰਿਹਾ ਜੀ, ਹਮਾਰੇ ਸਮਾਜ ਕਾ ਬੇੜਾ ਗਰਕ ਹੋ ਰਿਹਾ ਜੀ, ਹਮਾਰੇ ਬੱਚੋਂ ਕਾ ਵਿਸਿਆ ਧੂਮਿਲ ਹੋ ਰਿਹਾ ਹੈ ਜੀ। ਕਿਉਂ ਹੋ ਰਿਹਾ ਹੈ? ਕਿਉਂਕਿ ਹਮ ਲੋਕੋਂ ਨੇ ਜਿਸ ਆਮ ਪਾਰਟੀ ਜੋ ਕਹਿਤੀ ਥੀ ਕਿ ਸੋਸ਼ਲ ਵਰਕਰ ਮੇਰੇ ਸਾਥ ਰਹੇਂਗੇ, ਵੋ ਕਭੀ ਜੀਤ ਨਹੀਂ ਸਕਤੇ, ਲੇਕਿਨ ਦਿਮਾਗ ਵਾਲੇ ਕੇਜਰੀਵਾਲ ਨੇ ਕਿਹਾ ਕਿ ਛੋੜੋ ਜੇ ਸੋਸ਼ਲ ਵਰਕਰ, ਛੋੜੋ ਜੇ RTI ਐਕਟੀਵਿਸਟ, ਛੋਟੋ ਜੇ ਐਂਟੀ ਕਰਪਸ਼ਨ, ਮੁਝੇ ਤਾਂ ਚਾਹੀਏ ਕੁਰਸੀ, ਮੁਝੇ ਚਾਹੀਏ ਸਿਆਸਤ, ਮੁਝੇ ਚਾਹੀਏ ਸ਼ੋਹਰਤ। ਔਰ ਅੱਜ ਉਸਕੀ ਫੋਟੋ ਸਭ ਕਹੀਂ ਲੱਗੀ ਹੋਈ ਹੈ ਦੋਸਤੋ, ਔਰ ਹਮ ਲੋਕ ਜੋ ਹੈ ਪੂੰਛ ਹਲਾਣੇ ਵਾਲੇ ਪੂੰਛ ਹਲਾ ਰਹੇ ਹੈ, ਹਲਾਤੇ ਰਹੇਂਗੇ, ਲੇਕਿਨ ਜੋ ਉਹਨਾਂ ਨੇ ਜਹਾਂ ਪਰ ਪੰਜਾਬ ਮੇਂ ਲੋਕ ਇਕੱਠੇ ਕੀਏ ਹੈ, ਵੋ ਕੋਈ RTI ਐਕਟੀਵਿਸਟ ਨਹੀਂ, ਵੋ ਕੋਈ ਸੋਸ਼ਲ ਵਰਕਰ ਨਹੀਂ, ਵੋ ਐਂਟੀ ਕਰਪਸ਼ਨ ਐਕਟੀਵਿਸਟ ਨਹੀਂ ਹੈ, ਵੋ ਸਿਰਫ ਦੂਸਰੀ ਪਾਰਟੀਓਂ ਕੇ ਜੋ ਲੋਕ ਥੇ, ਜਿਨਕੋ ਭੂਖ ਥੀ ਸਤਾ ਕੀ ਕਿ ਹਮ MLA ਬਣ ਜਾਏ, ਵੋ ਸਭ ਲੋਕ ਅੱਜ ਇਸ ਪਾਰਟੀ ਮੇਂ ਹੈ। ਉਨਕੋ ਪੈਸੇ ਖਾਣੇ ਕਾ ਬਹੁਤ ਤਜਰਬਾ ਹੈ, ਉਹਨਾਂ ਨੇ ਕਈ ਪੈਸੇ ਦੇ ਕੇ ਨਹੀਂ ਥੇ, ਵੋ ਮੌਜ ਕਰੇਂਗੇ, ਹਮਾਰੇ ਜੈਸੇ ਪੂੰਛ ਹਲਾਤੇ ਘੁੰਮੇਂਗੇ ਪਿੱਛੇ ਪਿੱਛੇ, ਯਾਰ ਸੋਚ ਬਦਲੋ ਸਮਾਜ ਬਦਲੇਗਾ। ਕਿਆ ਸਮਝਾ ਰਹਾ ਹੂੰ ਮੈਂ ਕਿਸੀ ਕੋ ਯਾਰ, ਤੁਮ ਤੋ ਖੁਦ ਹੀ ਸਮਝਦਾਰ ਹੋ, ਹਰ ਆਦਮੀ ਕਹਿਤਾ ਮੈਂ ਅਕਲਮੰਦ ਹੂੰ, ਹਮ ਤੁਮੇ ਕਿਆ ਅਕਲ ਦੇ ਸਕਤੇ ਹੈਂ, ਫਿਰ ਵੀ ਹਮ ਚਲਤੇ ਚਲਤੇ ਕਹਿਤੇ ਹੈਂ ਸੋਚ ਬਦਲੋ ਸਮਾਜ ਬਦਲੇਗਾ।